ਕਿ ਹਰਦੀਪ ਸਿੰਘ ਨਿਜਰ ਦਾ ਕਤਲ ਵੀ ਬੈਕਗਰਾਉਂਡ ਕੀ ਸੀ ਕੀ ਨਹੀਂ ਸੀ ਉਹਦੇ ਨਾਲ ਜੁੜੀਆਂ ਗੱਲਾਂ ਨੇ ਉਹਦੇ ਤੋਂ ਦੋ ਦੇਸ਼ ਆਪਸ ਦੇ ਵਿੱਚ ਬੜੇ ਉਲਝੇ ਪਏ ਆ ਭਾਰਤ ਤੇ ਕੈਨੇਡਾ ਹੁਣ ਉੱਥੋਂ ਦੇ ਡੇਰੇ ਰੱਖਿਆ ਮੰਤਰੀ ਹੈ ਡੋਮੈਨਿਕ ਨਾਮ ਦੇ ਉਹਨਾਂ ਨੇ ਤਾਂ ਗੁਰਪਤਵੰਤ ਪੰਨੂ ਨੂੰ ਵੀ ਚੇਤਾਵਨੀ ਦਿੱਤੀ ਆ ਕਿ ਇਹ ਨਹੀਂ ਚੱਲਣਾ ਇੱਥੇ ਫਿਰਕਾ ਪ੍ਰਸਤੀ ਵਾਲਾ ਕੰਮ ਨਹੀਂ ਚੱਲਣਾ ਜਿਵੇਂ ਆਪਾਂ ਬੀਤੇ ਦਿਨ ਹੀ ਵੀ ਗੱਲ ਕੀਤੀ ਉਹ ਤਾਂ ਕਹਿੰਦਾ ਹਿੰਦੂ ਇੱਥੋਂ ਜੁੱਲੀ ਬਿਸਤਰਾ ਚੱਕਣ ਤੇ ਚਲੇ ਜਾਣ ਵਾਪਸ ਦੇਖੋ ਇਹ ਬੇਫੂਫ ਸਭ ਤੋਂ ਵੱਡਾ ਪੰਨੂ ਤੁਸੀਂ ਮੈਂ ਆਪਾਂ ਕੱਲ ਵੀ ਕੀਤਾ ਕਿ ਕੀ ਤੁਸੀਂ ਕੈਨੇਡਾ ਦੇ ਚਾਚਾ ਜਾਂ ਮਾਮੇ ਲੱਗਦੇ ਜਾਂ ਜਸਟਨ ਟਰੂਡੋ ਤੇਰੀ ਭੂਆ ਦਾ ਮੁੰਡਾ ਲੱਗਦਾ ਜਾਂ ਚਾਚੇ ਦਾ ਮੁੰਡਾ ਲੱਗਦਾ ਜਾਂ ਮਾਮੇ ਦਾ ਮੁੰਡਾ ਲੱਗਦਾ ਸਵਾਲ ਹੈ ਕਿ ਜੇ ਕੈਨੇਡਾ ਕਹਿੰਦਾ ਅਸੀਂ ਲਿਬਰਲ ਆ ਤੇ ਲਿਬਰਲ ਚ ਉੱਥੇ ਕਿਸੇ ਨੂੰ ਗਾਲ੍ਹਾਂ ਕੱਢ ਕਿਸੇ ਦੇ ਦੂਜੇ ਧਰਮ ਬਾਰੇ ਖਲਾਫ ਬੋਲੀ ਜੋ ਮੈਨੂੰ ਇਹ ਲੱਗਾ ਕਿ ਸਮੱਸਿਆ ਜਿਹੜੇ ਸਾਡੇ ਉੱਤੇ ਸਿੱਖ ਭਰਾ ਨੇ ਜਿਹੜਾ 18 ਦੇ ਕਰੀਬ MP ਨੇ ਚਾਹੇ ਉਹ ਸਰਕਾਰ ਵਾਲੀ ਸਾਈਡ ਤੋਂ ਜਾਂ ਲਿਬਰਲ ਪਾਰਟੀ ਤੋਂ ਜਾਂ ਕੰਜ਼ਰਵੇਟਿਵ ਪਾਰਟੀ ਤੋਂ ਆਗੇ ਨੇ ਉਹ ਤੇ ਟੋਟਲ 18 ਨੇ 18 ਨੂੰ ਇਹਦਾ ਮੂੰਹ ਤੋੜਮਾ ਜਵਾਬ ਦੇਣਾ ਚਾਹੀਦਾ ਸੀ ਅਗਰ ਬਤੌਰ ਸਿੱਖ ਸਾਡੇ ਤੇ ਅਸੀਂ ਸਾਡੇ ਤੇ ਬੰਦਸ਼ਾਂ ਬਾਬੇ ਨਾਨਕ ਦੀਆਂ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਆ ਸਾਡੇ ਵਾਸਤੇ ਸਿੱਖ ਵੀ ਉਹਨੇ ਪਿਆਰੇ ਹਿੰਦੂ ਵੀ ਉਹਨੇ ਮੁਸਲਮਾਨ ਵੀ ਉਹਨੇ ਈਸਾਈ ਵੀ ਉਹਨੇ ਪਿਆਰੇ ਨੇ ਤੇ ਘਟੋ ਘਟ ਜਿਹੜੇ ਪਾਰਲੀਮੈਂਟਰੀ ਨੇਰ ਨੇ ਹੈਗੇ ਨੇ 18 ਦੇ ਕਰੀਬ ਹਨ ਉਹਨਾਂ ਨੂੰ ਪੰਨੂ ਦਾ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹਾਲਾਂਕਿ ਚਲੋ ਉਹਨਾਂ ਦੇ ਜਿਹੜੇ ਉੱਥੋਂ ਦੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਨਹੀਂ ਉਹਨੂੰ ਨਸੀਹਤ ਦਿੱਤੀ ਕਿ ਤੇਰਾ ਇੱਥੇ ਉਹ ਨਹੀਂ ਚੱਲਣਾਗਾ ਤੂੰ ਕੌਣ ਹੁੰਦਾ ਇਹ ਸਰਕਾਰ ਦਾ ਫੈਸਲਾ ਉਹ ਸਰਕਾਰ ਵੀ ਕੌਣ ਹੁੰਦੀ ਹੈ ਤੁਸੀਂ ਲੋਕਾਂ ਨੂੰ ਪਹਿਲਾਂ ਸਿਟੀਜ਼ਨ ਦਿੰਦੇ ਹੋ ਫਿਰ ਤੁਸੀਂ ਲੋਕਾਂ ਨੂੰ ਧੱਕੇ ਮਾਰ ਕੇ ਨਹੀਂ ਬਾਹਰ ਕੱਢ ਸਕਦੇਗੇ ਇਸ ਮਸਲੇ ਦਾ ਕਿ ਜਿਹੜਾ ਕੈਨੇਡਾ ਵਾ ਮੈਨੂੰ ਲੱਗਦਾ ਜਸਟਨ ਟਰੂਡੋ ਸਰਕਾਰ ਆਗਣਾ ਖੇਡ ਰਹੀ ਹੈ ਇਸ ਮਸਲੇ ਦੇ ਵਿੱਚ ਜਦੋਂ ਤੁਸੀਂ ਧਰਮਾਂ ਨੂੰ ਪੜਘਾ ਰਹੇ ਹੋ ਧਰਮਾਂ ਨੂੰ ਸ਼ੈਲਟਰ ਕਰ ਰਹੇ ਹੋ ਉਹਨਾਂ ਨੂੰ ਜਿਹੜੇ ਕੱਟੜਵਾਦ ਚਾਹੇ ਕੱਟੜ ਸਿੱਖ ਸਾਈਡ ਤੋਂ ਹੋਵੇ ਚਾਹੇ ਹਿੰਦੂ ਸਾਈਡ ਤੋਂ ਹੋਵੇ ਤੁਸੀਂ ਆਪਣੇ ਦੇਸ਼ ਨੂੰ ਅੱਗ ਨਾਲ ਖੇਡਣ ਦਾ ਯਤਨ ਕਰ ਰਹੇ ਹੋ ਵੋਟਾਂ ਦੀ ਸਿਆਸਤ ਕਰ ਰਹੇ ਹੋ ਨੁਕਸਾਨ ਹੋਊਗਾ ਅੱਜ ਨਹੀਂ ਭਲਕੇ ਨਹੀਂ ਪਰ ਪੰਨੂ ਵਰਗੇ ਲੋਕਾਂ ਕਰਕੇ ਬੱਚਿਆਂ ਦਾ ਭਵਿੱਖ ਦਾਤੇ ਲੱਗ ਗਿਆ ਜੇ ਜਿਵੇਂ ਇੰਡੀਆ ਨੇ ਕਿਹਾ ਕਿ ਅਸੀਂ ਉੱਥੋਂ ਦੇ ਲੋਕਾਂ ਨੂੰ ਵੀਜ਼ਾ ਨਹੀਂ ਦੇਣਾ ਕੱਲੂ ਕੈਨੇਡਾ ਗਵਰਨਮੈਂਟ ਕਹਿੰਦਾ ਅਸੀਂ ਨਹੀਂ ਦੇਣਾ ਤੇ ਫਿਰ ਪੰਨੂ ਤਾੜੀਆਂ ਮਾਰੇ ਪੰਨੂ ਭੰਗੜਾ ਪਾਵੇ ਪੰਨੂ ਇਹੋ ਹੀ ਚਾਹੁੰਦਾ ਹੈਗਾ ਸੀ ਮੈਨੂੰ ਲੱਗਦਾ ਕਿ ਅੱਜ ਹਰਜੀਤ ਸਿੰਘ ਸੱਜਣ ਹੋਣਾ ਡਿਫੈਂਸ ਮਿਨਿਸਟਰ ਦੇ ਨਾਲ ਜਿਹੜੀ ਸਟੇਟਮੈਂਟ ਦਿੱਤੇ ਉਹਨੇ ਖੰਡਨ ਕੀਤਾ ਪੰਨੂ ਦਾ ਤੇ ਪੰਨੂ ਤੇ ਕੈਨੇਡੀਅਨ ਗਵਰਨਮੈਂਟ ਨੂੰ ਲਗਾ ਮਚਾਈਦੀ ਹੈ ਤੁਸੀਂ ਅੱਗ ਨਾ ਖੇਡ ਤੁਹਾਨੂੰ ਸ਼ੈਲਟਰ ਤੁਹਾਨੂੰ ਸਮਝਣਾ ਚਾਹੀਦਾ ਕਿ ਪੰਨੂ ਕੌਣ ਆ ਪੰਨੂ ਕੀ ਛੈ ਆ ਪੰਨੂ ਕਿਹਦੇ ਹੱਥਾਂ 'ਚ ਖੇਡਦਾ ਹੈਗਾ ਜੇ ਕੈਨੇਡੀਅਨ ਗਵਰਨਮੈਂਟ ਨੂੰ ਜਾਂ ਜਿਹੜੇ 5 ਆਈ ਆ ਜੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਫਿਰ ਕਿਸੇ ਵੀ ਦੇਸ਼ ਨੂੰ ਨਹੀਂ ਪਤਾ ਲੱਗ ਸਕਦਾ ਤੇ ਇਸ ਮਸਲੇ ਦੇ ਵਿੱਚ ਜਿਹੜਾ ਭਾਈਚਾਰ ਜਿਵੇਂ ਉੱਜਲ ਦੁਸ਼ਾਨ ਸਾਹਿਬ ਕਹਰੇ ਕਿ ਦੋ ਜਿਵੇਂ ਇੱਥੇ ਕਿ 1% ਇੱਥੇ ਨੇ ਉੱਥੇ ਵੀ 1% ਹੈਗੇ ਨੇ ਜਿਵੇਂ ਇੱਥੇ ਲੋਕੀ ਕਹਿੰਦੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਖਾਲਿਸਤਾਨ ਬਣਾਉਣਾ ਹੈਗਾ ਦੇਖੋ ਇਹ ਸ਼ੁਰੂਆਤਾਂ ਹੋ ਰਹੀਆਂ ਨੇ ਖਤਰੇ ਉੱਥੇ ਵੀ ਹੈ ਤੇ ਖਤਰਾ ਇੱਥੇ ਵੀ ਆ ਪਰ ਉਹ ਕਹ ਰਿਹਾ ਕਿ 2% ਪਹਿਲੀ ਗੱਲ ਕਿ ਕੌਣ ਚਾਹੁੰਦਾ ਨਾ ਤੇ ਕੋਈ ਹਿੰਦੂ ਰਾਸ਼ਟਰ ਚਾਹੁੰਦਾ ਨਾ ਕੋਈ ਖਾਲਿਸਤਾਨ ਚਾਹੁੰਦਾ ਗਾ ਬੋਲ ਨੂੰ ਜੋ ਮਰਜ਼ੀ ਬੋਲੀ ਚਲੋ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਪੰਨੂ ਨੂੰ ਨਸੀਹਤ ਦਿੱਤੀ ਲੇਕਿਨ ਪੰਨੂ ਨੂੰ ਝਮਲਾਇਆ ਵੀ ਕੈਨੇਡੀਅਨ ਗਵਰਨਮੈਂਟ ਨੇ ਅਮਰੀਕਨ ਗਵਰਨਮੈਂਟ ਨੇ ਯੂਕੇ ਗਵਰਨਮੈਂਟ ਨੇ ਆ ਉਹ ਸਿੱਧਾ ਇਹਦਾ ਮਤਲਬ ਹੈ ਜੇ ਤੁਸੀਂ ਕਿਸੇ ਦੂਜੇ ਤਰਮ ਦੇ ਜਾਂ ਦੂਜੇ ਕੰਟਰੀ ਚ ਕੋਈ ਆਇਓਏ ਬੰਦੇ ਨੂੰ ਤੁਸੀਂ ਹਵਾ ਦੇ ਰਹੋ ਸ਼ੈਲਟਰ ਕਰ ਰਹੇਓ ਇਹਦਾ ਮੀਨਾ ਕੋਈ ਨਾ ਕੋਈ ਤੁਹਾਡੇ ਵੀ ਨਿੱਜੀ ਮਫਾਦ ਨੇ ਹੁਣ ਨਿਜਰ ਦਾ ਕਤਲ ਹੋਇਆ ਉਹਦਾ ਇੱਕ ਗੈਂਗਸਟਰ ਦਾ ਦੁਨੀਕਾ ਦਾ ਹੋ ਗਿਆ ਕੀ ਉਹ ਵੀ ਕਨੈਕਸ਼ਨ ਹੈ ਵੀ ਕੀ ਪਹਿਲਾਂ ਕੰਮ ਕਢਵਾਇਆ ਗਿਆ ਜੇਰ ਕੋ ਕਢਵਾਇਆ ਗਿਆ ਉਹਨੂੰ ਵੀ ਛਾੜ ਦਿੱਤਾ ਗਿਆ ਇਹਦਾ ਮਤਲਬ ਕੁਝ ਨਾ ਕੁਝ ਤੇ ਉਥੇ ਅਜੀਹਾ ਪੱਕ ਰਿਹਾ ਹੈ ਜਿਹਦੇ ਨਾਲ ਦੇਸ਼ ਦੀ ਅਕੀਕਤਾ ਤੇ ਖੰਡਤਾ ਨੂੰ ਜੇ ਇੱਥੇ ਖਤਰਾ ਹੈ ਨਾ ਇੰਡੀਆ 'ਚ ਕੈਨੇਡੀਅਨ ਗਵਰਨਮੈਂਟ ਟਰੂਡੋ ਗਵਰਨਮੈਂਟ ਨੂੰ ਵੀ ਖਤਰਾ ਜੇ ਇਸ ਤਰ੍ਹਾਂ ਉਹਦੀ ਉਥੇ ਨਾ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਘੇਰ ਘੇਰ ਕੇ ਉਹਨੂੰ ਕਟੈਰਿਜ਼ਮ ਵਿੱਚ ਖੜਾ ਕਰ ਦਿੱਤਾ ਜਸਟਨ ਟਰੂਡੋ ਕੋ ਜਵਾਬ ਨਹੀਂ ਤੇ ਜਸਟਨ ਟਰੂਡੋ ਅੱਜ ਵੀ ਸਟੈਂਡ ਤੇ ਖੜਾ ਜਿਹੜਾ ਉਹਨੇ ਯੂਨੋ ਦੇ ਵਿੱਚ ਭਾਸ਼ਣ ਦਿੱਤਾ ਮਨੁੱਖੀ ਹੱਕਾਂ ਦੇ ਅਧਿਕਾਰਾਂ ਨੂੰ ਲੈ ਕੇ ਉਹ ਕਹਿੰਦੇ ਸਾਨੂੰ ਪਤਾ ਅਸੀਂ ਸਾਡੇ ਕੋਲ ਪੂਰੇ ਪੁਕਤਾ ਸਬੂਤ ਹੈ ਕਿ ਉਹਦੇ ਨਿਜਰ ਦੇ ਪਿੱਛੇ ਭਾਰਤੀ ਏਜੰਟ ਦਾ ਹੱਥ ਆ ਹਮ ਹੁਣ ਸਵਾਲ ਹੈ ਤੁਸੀਂ ਪ੍ਰੂਫ ਪੇਸ਼ ਕਰੋ ਅਗਰ ਤੁਹਾਡੇ ਕੋਲ ਨਹੀਂ ਨਿਰਪੱਖਾ ਨਿਡਰ ਤੁਹਾਡੀ ਏਜੰਸੀ ਆ ਬਿਹਤਰੀਨ ਦੁਨੀਆ ਦੀ ਏਜੰਸੀ ਆਗੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਹੈਗੇ ਜੇ ਤੁਹਾਡੇ ਕੋਲ ਕਿੰਨੇ ਦਿਨ 3 ਮਈ ਦੇ ਵਿੱਚ ਕਤਲ ਹੋਇਆ ਜੂਨ ਦੇ ਵਿੱਚ ਜੂਨ ਜੁਲਾਈ ਅਗਸਤ ਵੀ ਤੇ ਸਤੰਬਰ ਵੀ ਖਤਮ ਹੋਣ ਵਾਲਾ ਤੇ ਇਹਦਾ ਮਤਲਬ ਕੁਝ ਨਾ ਕੁਝ ਇਹ ਪੱਕ ਰਿਹਾਗਾ ਲੇਕਿਨ ਸਵਾਲ ਇਹ ਹੈ ਕਿ ਉਹ ਉੱਥੇ ਜਿਹੜੇ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਨੇ ਐਮਪੀ ਉਹਨਾਂ ਨੇ ਵੀ ਪੰਨੂ ਨੂੰ ਜਵਾਬ ਦਿੱਤਾ ਹੈ ਕਿ ਤੁਸੀਂ ਗਲਤ ਕਰ ਰਹੇ ਹੋ ਔਰ ਇੱਥੇ ਕਿਸੇ ਨੂੰ ਡਰਨ ਵਾਲੀ ਲੋੜ ਨਹੀਂ ਹੈਗੀ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਿੱਖ ਭਾਈਚਾਰਾ ਇਹ ਜਾ ਕੇ 1908 ਦੇ ਵਿੱਚ ਵਸਿਆ ਉੱਤੇ ਤੇ ਜੇ ਕੈਨੇਡਾ ਵਧਿਆ ਫੁੱਲਿਆ ਕੈਨੇਡਾ ਦੀ ਆਰਥਿਕ ਤੌਰ ਤੇ ਗਰੋਥ ਹੋਈ ਹੈ ਉਹ ਪੰਜਾਬੀਆਂ ਕਰਕੇ ਹੋਈ ਹੈ ਅੰਕੜੇ ਕਹਿੰਦੇ ਆ ਪਿਛਲੇ ਸਾਲ ਹੀ 66000 ਕਰੋੜ ਰੁਪਈਆ ਤਾਂ ਸਿੱਧਾ ਹੀ ਚਲਾ ਗਿਆ 136000 ਪੰਜਾਬੀ ਸੀ 2.5 ਲੱਖ ਦੇ ਵਿੱਚੋਂ ਇੰਡੀਆ ਜਿਹੜੇ ਗਿਆ ਉਧਰ ਕੈਨੇਡਾ ਬਿਲਕੁਲ لازਮੀ ਤੌਰ ਤੇ ਜੇ ਅਜੇ ਇੰਡੀਆ ਸਖਤ ਫੈਸਲਾ ਲੈ ਪਰ ਕਿਸੇ ਦਾ ਚਲੋ ਹਿਜਰਤ ਰੋਕ ਨਹੀਂ ਸਕਦੇ ਕੱਲ ਨੂੰ ਕੱਲ ਦੂਜੇ ਦੇਸ਼ ਵੀ ਆ ਜਾਣਗੇ ਪਰ ਉਹਦੇ ਨਾਲ ਕੈਨੇਡਾ ਦੀ ਜਿਹੜੀ ਇਕਨੋਮੀ ਉਹਦੇ ਚ ਪੰਜਾਬੀਆਂ ਦਾ ਹਿੱਸਾ ਸਾਡਾ ਖੂਨ ਖੂਨ ਪਸੀਨਾ ਸਾਡਾ ਪਸੀਨਾ ਵੀ ਕੈਨੇਡਾ ਦੀ ਤਰੱਕੀ ਚ ਵੱਡਾ ਯੋਗਦਾਨ ਸਾਡਾ ਪੈਸਾ ਵੀ ਸਾਡੀ ਹੈਲਥ ਵੀ ਸਾਡੀ ਵੈਲਥ ਵੀ ਦੋਨਾਂ ਦੇ ਸਿਰ ਤੇ ਕੈਨੇਡਾ ਮੌਜਾਂ ਨਹੀਂ ਮਾਰ ਸਕਦਾ ਹੈਗਾ ਤੁਸੀਂ ਉਲਟਾ ਪੰਜਾਬ ਨੂੰ ਬਦਰਾਮ ਵੀ ਕਰਵਾ ਰਹੇ ਨੇ ਪੰਨੂ ਵਰਗੇ ਲੋਕਾਂ ਤੋਂ ਤੇ ਮੈਨੂੰ ਲੱਗਦਾ ਇਸ ਮਸਲੇ ਦੇ ਭਾਰਤ ਸਰਕਾਰ ਨੇ ਜਿਹੜਾ ਸਟੈਂਡ ਲਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਸ ਸਟੈਂਡ ਦੇ ਵਿੱਚ ਘੱਟੋ ਘੱਟ ਜਿਹੜੇ ਇੰਡੀਅਨ ਓਵਰਸੀਜ਼ ਹਨ ਜਿਹੜੇ ਮੂਲ ਰੂਪ ਦੇ ਵਿੱਚ ਇੰਡੀਅਨ ਨੇ ਉਹਨਾਂ ਨੂੰ ਵੀਜ਼ੇ ਆਉਣ ਦੇਣੇ ਚਾਹੀਦੇ ਕੋਈ ਉੱਥੋਂ ਦਾ ਗੋਰਾ ਸ਼ੋਰਾ ਹੈਗਾ ਉਹਨਾਂ ਦੇ ਭਾਵੇਂ ਵੀਜ਼ੇ ਰੋਕ ਦੋ ਪਰ ਸਮਾਜਿਕ ਤੌਰ ਤੇ ਸਾਡੇ ਨਾਤੇ ਨਹੀਂ ਜੁੜਦੇ ਚਾਹੀਦੇ ਜਿੰਨਾ ਕਿ ਪੰਜਾਬ ਉੱਥੇ ਬੈਠਾ ਹੈਗਾ ਉਹਨਾਂ ਕੀ ਗੁਜਰਾਤ ਵੀ ਬੈਠਾ ਮਦਰਾਸ ਵੀ ਬੈਠਾ ਕੇਰਲਾ ਵੀ ਬੈਠਾ ਹਰਿਆਣੇ ਦੇ ਲੋਕ ਵੀ ਬੈਠੇ ਆ ਕਿ ਉਹ ਸਮਾਜਿਕ ਜਿਹੜਾ ਪਾੜਾ ਨਹੀਂ ਪੈਣਾ ਚਾਹੀਦਾ ਹੈਗਾ ਉਹ ਇਸੇ ਕਰਕੇ ਤੇ ਪੰਜਾਬ ਬਾਰੇ ਫਿਕਰ ਕਰਦੇ ਨੇ ਇੰਡੀਆ ਬਾਰੇ ਫਿਕਰ ਕਰਦੇ ਨੇ ਜਦੋਂ ਬਾਹਰੋਂ ਲੋਕ ਆਉਂਦੇ ਆ ਕਹਿੰਦੇ ਯਾਰ ਕੈਨੇਡਾ ਵਰਗਾ ਇੰਡੀਆ ਹੋਣਾ ਜਿੱਦਾ ਕੈਨੇਡਾ ਵਰਗਾ ਪੰਜਾਬ ਹੋਣਾ ਜਾਈਟ ਮੀਨ ਉਹਨਾਂ ਦੇ ਦਿਲ ਦੇ ਵਿੱਚ ਇੰਡੀਆ ਵਾਸਤੇ ਦਾ ਪੰਜਾਬ ਵਾਸਤੇ ਦਾ ਗੁਜਰਾਤ ਵਾਸਤੇ ਦਾ ਮੱਧ ਪ੍ਰਦੇਸ਼ ਵਾਸਤੇ ਦਾ ਜਿਹੜੇ ਜਿਹੜੇ ਵੀ ਸਟੇਟ ਤੋਂ ਉੱਥੇ ਕੈਨੇਡਾ ਚ ਜਾ ਕੇ ਵਸੇ ਹੋਏ ਲੇਕਿਨ ਪੰਨੂ ਜਿਹੜਾ ਵਾ ਪੰਨੂ ਮੈਨੂੰ ਲੱਗਦਾ ਹੈ ਕਿ ਉਹਨਾਂ ਖਤਰਾ ਇੰਡੀਆ ਵਾਸਤੇ ਆ ਉਹਨਾਂ ਹੀ ਉਹਦੇ ਵਾਸਤੇ ਹੁਣ ਆਪਾਂ ਸਵੇਰੇ ਵੀ ਖਬਰ ਕੀਤੀ ਕਿ 25 ਤੋਂ ਜ਼ਿਆਦਾ ਪੰਨੂ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਤੱਕ ਵੱਖ-ਵੱਖ ਲੋਕਾਂ ਤੋਂ ਜਲਿਸਟ ਹੋ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਧਮਕੀਆਂ ਦਿੱਤੀਆਂ ਹੈਗੀਆਂ ਤੇ ਇਹ ਜਿਹੜੇ ਲੋਕ ਨੇ ਇਹ ਕੈਨੇਡਾ ਨੂੰ ਭਾਵੇਂ ਲੱਗਦਾ ਹੋਊਗਾ ਕਿ ਇੰਡੀਆ ਵਾਸਤੇ ਖਤਰਾ ਹੈ ਪਰ ਇਸ ਇੰਡੀਆ ਨਾਲੋਂ ਜ਼ਿਆਦਾ ਖਤਰਾ ਕੈਨੇਡਾ ਨੂੰ ਹੈ ਅੱਜ ਭਾਵੇਂ ਜਸਟਨ ਟਰੂਡੋ ਅਹਿਸਾਸ ਨਾ ਕਰੇ ਪਰ ਆਉਣ ਵਾਲੀਆਂ ਉਹਨਾਂ ਦੀਆਂ ਪੀੜ੍ਹੀਆਂ ਅਹਿਸਾਸ ਕਰਨਗੀਆਂ ਕਿ ਜਿਹੜੇ ਲੋਕਾਂ ਨੂੰ ਅਸੀਂ ਪ੍ਰੋਵੋਕ ਕੀਤਾ ਖੜੇ ਕੀਤਾ ਸਾਡੇ ਅਸੀਂ ਉਹਨਾਂ ਦੇ ਦੁੱਖ ਸੁੱਖ ਚ ਸਾਥੀ ਰਹੇ ਨੇ ਉਹ ਕੈਨੇਡਾ ਨੂੰ ਕਿੰਨਾ ਬਦਨਾਮ ਕਰ ਗਏ